ਤਾਂ ਜਿਹੜੀ ਬੀਜੇਪੀ ਹੈ ਇਹਦਾ ਪੰਜਾਬ ਦੇ ਵਿੱਚ ਕੋਈ ਵੀ ਆਧਾਰ ਨਹੀਂ। ਕਿਉਂ ਨਹੀਂ ਹੈਗਾ? ਕਿਉਂਕਿ ਪੰਜਾਬ ਦੇ ਲੋਕ ਇਹਨੂੰ ਮੂੰਹ ਨਹੀਂ ਲਾਉਂਦੇ। ਤੇ ਮੈਂ ਜਾਖੜ ਸਾਹਿਬ ਨੂੰ ਪੁੱਛਣਾ ਹੈ ਕਿ ਜਾਖੜ ਸਾਹਿਬ ਤੁਹਾਨੂੰ ਬੀਜੇਪੀ ਨੇ ਕਾਂਗਰਸ ਛੱਡ ਕੇ ਬੀਜੇਪੀ 'ਚ ਆਉਂਦੇ ਕਿੰਨੇ ਰੁਪਏ ਲਾਏ ਤੁਹਾਡੇ? ਤੁਹਾਡਾ ਆਪਣਾ ਕੀ ਰੇਟ ਹੈ? ਮੈਂ ਮੋਦੀ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਮੋਦੀ ਸਾਹਿਬ ਤਿਆਰ ਹੋ ਜਾਓ, ਤੁਹਾਡਾ ਜਿਹੜਾ ਤਖਤਾ ਉਹ ਪਲਟਣ ਵਾਲਾ ਹੈ। ਅੱਜ ਵੀ ਕੇਜਰੀਵਾਲ ਸਾਹਿਬ ਸਾਡੇ ਨਾਲ ਖੜੇ ਆ, ਸਾਡੇ ਨਾਲ ਉਹਨਾਂ ਦੀ ਸੋਚ ਸਾਡੇ ਨਾਲ ਖੜੀ ਹੈ। ਸੋ ਅੱਜ ਪੰਜਾਬ ਦਾ ਹਰ ਨਾਗਰਿਕ ਜਿਹੜਾ ਉਹ ਕੇਜਰੀਵਾਲ ਬਣ ਕੇ ਰਾਮਲੀਲਾ ਮੈਦਾਨ ਦੇ ਵਿੱਚ ਉਤਰਨੇ। ਸੁਸ਼ੀਲ ਕੁਮਾਰ ਰਿੰਕੂ ਕਾਂਗਰਸ 'ਚ ਸਨ, ਫਿਰ ਆਮ ਆਦਮੀ ਪਾਰਟੀ ਜਾਂਦੇ ਆ, ਇੱਕੋ ਸਾਲ ਦੇ ਵਿੱਚ ਤੀਸਰੀ ਪਾਰਟੀ ਬੀਜੇਪੀ ਆ ਗਈ। ਵੇਖੋ ਜੀ, ਉਹ ਜਿਨ੍ਹਾਂ ਦਾ ਧਰਮ ਹੀ ਇਹੋ ਹੀ ਹੋਵੇ ਕਿ ਅੱਜ ਕਿਤੇ ਗੱਲ ਕਹੋ ਤਾਂ ਤੁਸੀਂ ਪਿੱਛੇ ਜੇ ਗਾਉਣਾ ਨਹੀਂ ਸੁਣਿਆ, ਕਸੀ ਕੇਸ ਕਦੀ ਕੇਸ ਫੁੱਲ ਤੇ ਕਦੀ ਕੇਸ ਫੁੱਲ ਤੇ ਯਾਰ ਮੇਰਾ ਤਿੱਤਲੀਆਂ ਵਰਗਾ ਹੈ, ਤੇ ਗੱਲ ਉਹ ਹੋ ਗਈ ਉਹਨਾਂ ਦੀ। ਮੋਦੀ ਸਾਹਿਬ ਤਿਆਰ ਹੋ ਲਓ, ਜਨਤਾ ਆਮ ਆਦਮੀ ਪਾਰਟੀ ਦੇ ਨਾਲ ਹੈ, ਤੁਹਾਨੂੰ ਪੰਜਾਬ ਦੇ ਵਿੱਚੋਂ ਇੱਕ ਵੀ ਸੀਟ ਜਿਹੜੀ ਉਹ ਨਹੀਂ ਮਿਲੂਗੀ। ਦਿੱਲੀ ਦਾ ਰਾਮਲੀਲਾ ਮੈਦਾਨ ਇੱਕ ਵਾਰ ਫਿਰ ਸਜਣ ਵਾਸਤੇ ਜਾ ਰਿਹਾ ਹੈ, ਲੇਕਿਨ ਇਸ ਵਾਰ ਰਾਮਲੀਲਾ ਮੈਦਾਨ ਅਰਵਿੰਦ ਕੇਜਰੀਵਾਲ ਦੀ ਗੈਰ ਹਾਜ਼ਰੀ ਵਿੱਚ ਸਜੇਗਾ, ਲੇਕਿਨ ਮੁੱਦਾ ਹੋਣਗੇ ਅਰਵਿੰਦ ਕੇਜਰੀਵਾਲ। 31 ਤਰੀਕ ਨੂੰ ਜੋ ਕਿ ਇੱਕ ਬਹੁਤ ਵੱਡਾ ਦਿਨ ਹੈ, ਇਸ ਦੇ ਵਿੱਚ ਇੱਕ ਮਹਾਂ ਰੈਲੀ ਜਿਹੜੀ ਹੈ ਇੰਡੀਆ ਗਠਬੰਧਨ ਵੱਲੋਂ ਉਡੀਕੀ ਗਈ ਹੈ, ਜਿਹਦੇ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ ਵਿੱਚ ਲੋਕਤੰਤਰ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ। ਖਾਸ ਕਰਕੇ ਅਗਰ ਗੱਲ ਕਰ ਲਈਏ ਤਾਂ ਚੋਣਾਂ ਤੋਂ ਪਹਿਲੇ ਇਸ ਤਰ੍ਹਾਂ ਦਾ ਇੱਕ ਵੱਡਾ ਮਹਾਂ ਆਯੋਜਨ ਜਿਹੜਾ ਹੈ ਵੱਖ ਵੱਖ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਹੈ, ਲੇਕਿਨ ਅਰਵਿੰਦ ਕੇਜਰੀਵਾਲ 'ਤੇ ED ਦਾ ਸ਼ਿਕੰਜਾ ਹੈ। ਤਾਂ ਫਿਲਹਾਲ ਪੰਜਾਬ ਦੀ ਲੀਡਰਸ਼ਿਪ ਵੀ ਪਹੁੰਚ ਰਹੀ ਹੈ ਔਰ ਪੂਰੀ ਤਿਆਰੀ ਕਰਕੇ ਬੈਠੇ ਨੇ। ਤਾਂ ਪੰਜਾਬ ਦੀ ਲੀਡਰਸ਼ਿਪ ਦੇ ਵਿੱਚੋਂ ਸਾਡੇ ਨਾਲ ਇਸ ਵੇਲੇ ਡਾਕਟਰ ਜਸਬੀਰ ਸਿੰਘ ਸੰਧੂ ਜੀ ਮੌਜੂਦ ਨੇ, ਚਰਚਾ ਕਰਾਂਗੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਲੋਕਤੰਤਰ ਨੂੰ ਬਚਾਉਣ ਦੀ ਲੋੜ ਕਿਉਂ ਪਈ, ਕਿਉਂਕਿ ਇਸ ਲੋਕਤੰਤਰ ਦਾ ਹਿੱਸਾ ਬਣ ਕੇ ਤਾਂ ਤੁਸੀਂ ਲੋਕ ਸਾਹਮਣੇ ਆਏ ਜੇ? ਚੈਨਲ ਵੇਖ ਰਹੇ ਸਾਰੇ ਵੀਰਾਂ ਨੂੰ ਮੇਰੇ ਨਾਲ ਪਿਆਰ ਦੀ ਸਤਿ ਸ਼੍ਰੀ ਅਕਾਲ, ਨਮਸਕਾਰ। ਸੋ ਮੈਂ ਦੱਸਣਾ ਚਾਹੁੰਦਾ ਕਿ ਤੁਸੀਂ ਅੱਜ ਜੋ ਤਾਨਾਸ਼ਾਹ ਸਰਕਾਰ, ਕੇਂਦਰੀ ਤਾਨਾਸ਼ਾਹ ਸਰਕਾਰ ਜਿਹੜੀ ਆ ਉਹ ਪੰਜਾਬ ਮਾਰੂ ਨੀਤੀਆਂ ਦੇ ਉੱਤਰੀ ਹੋਈ ਆ। ਕਿਉਂਕਿ ਦੇਖੋ, ਤੁਸੀਂ ਦੇਖਿਆ ਪਿਛਲੇ ਦਿਨ ਪਹਿਲਾਂ ਵੀ ਲੋਟਸ ਆਪਰੇਸ਼ਨ ਹੋਇਆ, ਜਿਹਦੇ 'ਚ ਸਾਡੇ ਕਿੰਨੇ MLA ਕਿੰਨੇ ਮੰਤਰੀਆਂ ਨੂੰ ਕਈ ਆਫਰ ਆਈਆਂ। ਸੋ ਆਪਾਂ ਦੇਖਿਆ ਜਾਵੇ ਤਾਂ ਜਿਹੜੀ BJP ਹੈ ਇਹਦਾ ਪੰਜਾਬ ਦੇ ਵਿੱਚ ਕੋਈ ਵੀ ਆਧਾਰ ਨਹੀਂ। ਕਿਉਂ ਨਹੀਂ ਹੈਗਾ? ਕਿਉਂਕਿ ਪੰਜਾਬ ਦੇ ਲੋਕ ਇਹਨੂੰ ਮੂੰਹ ਨਹੀਂ ਲਾਉਂਦੇ, ਕਿਉਂਕਿ ਇਹਨਾਂ ਹਮੇਸ਼ਾ ਪੰਜਾਬ ਦੇ ਹਿੱਤਾਂ ਨੂੰ ਮਾਰਨ ਦੀ ਗੱਲ ਕੀਤੀ, ਪੰਜਾਬ ਦੇ ਹੱਕਾਂ ਨੂੰ ਮਾਰਨ ਦੀ ਗੱਲ ਕੀਤੀ ਆ। ਸੋ ਜਾਖੜ ਸਾਹਿਬ ਦਾ ਬਿਆਨ ਜਿਹੜਾ ਆਇਆ, ਮੈਨੂੰ ਉਹਦੇ ਤੇ ਸੁਣ ਕੇ ਬੜਾ ਹਾਸਾ ਹੈ ਕਿ ਉਹ ਜਾਖੜ ਸਾਹਿਬ ਬੋਲ ਕੀ ਰਹੇ ਆ। ਉਹ ਕਹਿੰਦੇ 5-5 ਹਜ਼ਾਰ ਰੁਪਏ ਦੀ ਕੀਮਤ ਐਵੇਂ 25-25 ਕਰੋੜ ਐਵੇਂ ਲਾਈ ਜਾਂਦੇ ਪਏ ਫਾਲਤੂ ਦਾ। ਵੇਖੋ ਜੀ, ਪਹਿਲਾਂ ਤਾਂ ਮੈਂ ਜਾਖੜ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਜਾਖੜ ਸਾਹਿਬ ਤੁਹਾਨੂੰ BJP ਨੇ ਕਾਂਗਰਸ ਛੱਡ ਕੇ BJP 'ਚ ਆਉਂਦੇ ਕਿੰਨੇ ਰੁਪਏ ਲਾਏ ਤੁਹਾਡੇ? ਤੁਹਾਡਾ ਆਪਣਾ ਕੀ ਰੇਟ ਆ? ਤੁਸੀਂ ਆਪ ਕੀ ਰੇਟ ਲਿਆ? ਕਿਉਂਕਿ ਵੇਖੋ, ਤੁਸੀਂ ਦੂਜੇ ਦਾ ਤਾਂ ਮੁੱਲ ਪਾਈ ਜਾ ਰਹੇ ਹੋ ਕਿ 5 ਹਜ਼ਾਰ ਦੇ ਵਿੱਚ ਵਿਕਦੇ ਆ ਜਾਂ 5 ਹਜ਼ਾਰ ਦੇ ਔਕਾਤ ਨਹੀਂ। ਮੈਂ ਤੁਹਾਨੂੰ ਪੁੱਛਣਾ ਵੀ ਤੁਹਾਨੂੰ ਕੀ BJP ਨੇ ਦਿੱਤਾ, ਤੁਹਾਨੂੰ ਕਿੰਨੇ ਕਰੋੜ, ਤੁਸੀਂ ਕਿੰਨੇ ਕਰੋੜ ਲਿਆ? ਤੁਸੀਂ ਪਹਿਲਾਂ ਇਹ ਦੱਸੋ, ਸਾਡੇ MLA ਦੇ ਤੁਸੀਂ ਉਂਗਲ ਕਰਕੇ ਕਹਿ ਦਿੱਤਾ ਕਿ 5-5 ਹਜ਼ਾਰ ਦੀ ਔਕਾਤ ਨਹੀਂ, ਤੇ ਤੁਸੀਂ ਆਪਣਾ ਰੇਟ ਦੱਸੋ, ਤੁਸੀਂ ਕਿਸ ਰੇਟ ਤੇ ਵੇਖਿਓ। ਸੋ ਮੈਂ ਦੱਸਦਾ ਕਿ ਪੰਜਾਬ ਦੇ ਲੋਕ, ਪੰਜਾਬ ਦੇ 92 ਵਿਧਾਇਕ ਜਿਹੜੇ ਲੋਕਾਂ ਨੇ ਪੁਰਜ਼ੋਰ ਪਿਆਰ ਦੇ ਨਾਲ ਜਿਤਾ ਕੇ ਭੇਜਿਆ, ਇਹ ਵਿਕਣ ਵਾਲਿਆਂ 'ਚੋਂ ਨਹੀਂ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਆਪਣੇ ਦਿਲ ਦੇ ਭਰਮ ਭੁਲੇਖੇ ਕੱਢ ਦਿਓ। ਸਾਡੇ CM ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਕਦੇ ਵੀ ਨਹੀਂ ਡਿੱਗੂ। ਤਾਂ ਦਿੱਲੀ ਮੋਰਚਾ ਕੀ ਸਮਝਦੇ ਹੋ ਕਿ ਇਹਨੂੰ ਕੀ ਇੱਕ ਪਬਲਿਕਲੀ ਇੱਕ ਸਟੰਟ ਸਮਝਿਆ ਜਾਵੇ ਔਰ ਕਿਹਾ ਵਾਕਈ ਇਸ ਤਰੀਕੇ ਦੀ ਲੋੜ ਸੀ ਅੱਜ? ਵੇਖੋ ਜੀ, ਜੇ ਆਪਾਂ ਪੰਜਾਬ 'ਚ ਲੋਕਤੰਤਰ ਨੂੰ ਜਾਂ ਇੰਡੀਆ ਦੇ ਵਿੱਚ ਲੋਕਤੰਤਰ ਨੂੰ ਬਚਾਉਣਾ ਤਾਂ ਸਾਨੂੰ ਫਰੰਟ 'ਤੇ ਆਉਣਾ ਹੀ ਪਊਗਾ। ਕਿਉਂਕਿ ਮੋਦੀ ਦੇ 10 ਸਾਲਾਂ ਦੇ ਰਾਜ ਦੇ ਵਿੱਚ ਜੋ ਵੀ ਮੋਦੀ ਨੇ ਕੀਤਾ ਜੱਗ ਜ਼ਾਹਰ ਆ। ਭ੍ਰਿਸ਼ਟਾਚਾਰੀ ਨੂੰ ਨੱਥ ਨਹੀਂ ਪਾ ਸਕੇ, ਬੇਰੁਜ਼ਗਾਰੀ ਨੂੰ ਇਹ ਹੋਰ ਵਾਧਾ ਕਰ ਦਿੱਤਾ ਗਿਆ। ਜਿਹੜਾ ਪੰਜਾਬ ਦੇ ਨਾਲ ਧੱਕਾ ਕੀਤਾ ਉਹ ਤਾਂ ਇੱਕ ਬੰਨੇ ਰਹਿ ਗਿਆ, ਸਾਰੇ ਭਾਰਤ ਦੇ ਨਾਲ ਧੱਕਾ ਕੀਤਾ ਗਿਆ, ਜਿੱਥੇ ਮਣੀਪੁਰ ਦੇ ਨਾਲ ਧੱਕਾ ਕੀਤਾ ਗਿਆ, ਗੋਆ ਦੇ ਵਿੱਚ ਸਰਕਾਰ ਡਿੱਗਣ ਦੀ ਕੋਸ਼ਿਸ਼ ਕੀਤੀ, ਹੋਰ ਵੀ ਕਈ ਸਟੇਟਾਂ ਦੇ ਵਿੱਚ ਜਿਹੜਾ ਇਹਨਾਂ ਬਹੁਤ ਧੱਕੇ ਕੀਤੇ। ਸੋ ਮੈਂ ਚਾਹੁੰਦਾ ਹਾਂ ਕਿ ਪੰਜਾਬ ਦੇ ਨਾਲ ਵੀ ਇਹੋ ਜਿਹੀਆਂ ਜਿਹੜੀਆਂ ਕੁਝ ਹਰਕਤਾਂ ਸੈਂਟਰ ਵੱਲੋਂ ਕੀਤੀਆਂ ਜਾ ਰਹੀਆਂ, ਇਹਨਾਂ ਦੇ ਖਿਲਾਫ ਡਟ ਕੇ ਖਲੋਣ ਦਾ ਵੇਲਾ ਆ ਗਿਆ। ਸੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਬਿਨਾਂ ਕਿਸੇ ਸਬੂਤਾਂ ਦੇ ਆਧਾਰ ਤੇ, ਬਿਨਾਂ ਕਿਸੇ ਤੱਥਾਂ ਦੇ ਆਧਾਰ ਤੇ ਉਹਨਾਂ ਨੂੰ ਚੁੱਕ ਕੇ ਜੇਲ੍ਹ 'ਚ ਸੁੱਟਿਆ ਗਿਆ, ED ਨੇ ਹਿਰਾਸਤ ਵਿੱਚ ਲੈ ਲਿਆ। ਸੋ ਇਸ ਦੇ ਖਿਲਾਫ ਅਸੀਂ 31 ਮਾਰਚ ਨੂੰ ਦਿੱਲੀ ਦੀ ਰਾਮਲੀਲਾ ਗਰਾਊਂਡ 'ਤੇ 10 ਵਜੇ ਅਸੀਂ ਸਾਰੇ ਦੇ ਸਾਰੇ ਪਹੁੰਚ ਰਹੇ ਹਾਂ। ਸੋ ਮੈਂ ਮੋਦੀ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਮੋਦੀ ਸਾਹਿਬ ਤਿਆਰ ਹੋ ਜਾਓ, ਤੁਹਾਡਾ ਜਿਹੜਾ ਤਖਤਾ ਉਹ ਪਲਟਣੀ ਵਾਲਾ। ਇਸ ਵਾਰ ਕਿੱਦਾਂ ਇੱਕ, ਕਿਉਂਕਿ ਅਕਸਰ ਤੁਸੀਂ ਕਹਿੰਦੇ ਅੰਦੋਲਨਕਾਰੀ ਇੱਕ ਤੁਸੀਂ ਵੀ ਲੋਕ ਹੋ, ਅੰਦੋਲਨ 'ਚੋਂ ਨਿਕਲੀ ਪਾਰਟੀ ਕਿਹਾ ਜਾਂਦਾ, ਅਰਵਿੰਦ ਕੇਜਰੀਵਾਲ ਤੋਂ ਬਿਨਾਂ ਰਾਮਲੀਲਾ ਮੈਦਾਨ ਕਿੱਦਾਂ ਦੀ ਲੱਗੇਗੀ? ਵੇਖੋ ਜੀ, ਪੰਜਾਬ ਦੀ ਸਮੁੱਚੀ ਲੀਡਰਸ਼ਿਪ ਪਲੱਸ ਇੰਡੀਆ ਗਠਜੋੜ ਦੇ ਜਿੰਨੇ ਵੀ ਹਾਈ ਕਲਾਸ ਦੇ ਲੀਡਰ ਨੇ, ਲੀਡਰਸ਼ਿਪ ਆ, ਉਹ ਸਾਰੀ ਦੀ ਸਾਰੀ ਉੱਥੇ ਪਹੁੰਚ ਰਹੀ ਹੈ।
ਸੋ ਲੋਕਤੰਤਰ ਨੂੰ ਬਚਾਉਣ ਵਾਸਤੇ ਪਰ ਅਰਵਿੰਦ ਕੇਜਰੀਵਾਲ ਦੀ ਗੈਰ ਲੋਕਤੰਤਰ ਨੂੰ ਬਚਾਉਣ ਵਾਸਤੇ ਸਾਡੀਆਂ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਇੱਕ ਮੰਚ ਤੇ ਇਕੱਠੀਆਂ ਹੋਣਗੀਆਂ ਤਾਂ ਜੋ ਲੋਕਤੰਤਰ ਨੂੰ ਜਿੰਦਾ ਰੱਖ ਸਕੇ। ਨਹੀਂ ਪਰ ਅਰਵਿੰਦ ਕੇਜਰੀਵਾਲ ਦੀ ਗੈਰ ਹਾਜ਼ਰੀ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਅਰਵਿੰਦ ਕੇਜਰੀਵਾਲ ਹੀ ਕੋ ਨਾਮ ਹੈ ਜਿਹੜਾ ਕਿ ਰਾਮਲੀਲਾ ਮੈਦਾਨ ਤੋਂ ਹੀ ਉੱਠ ਕੇ ਸਾਹਮਣੇ ਆਇਆ। ਦੇਖੋ ਜੀ ਤੁਸੀਂ ਸੋਚਦੇ ਹੋ ਅਰਵਿੰਦ ਕੇਜਰੀਵਾਲ ਨੂੰ ਸਿਰਫ ਉਹਨਾਂ ਸਰੀਰਕ ਤੌਰ ਤੇ ਜਿਹੜਾ ਹੈ ਉਹਨਾਂ ਅਰੈਸਟ ਕੀਤਾ ਆਈਡੀ ਨੇ ਸਰੀਰਕ ਤੌਰ ਤੇ ਉਹਨਾਂ ਨੂੰ ਰਿਮਾਂਡ ਵਿੱਚ ਰੱਖਿਆ ਹੈ ਲੇਕਿਨ ਅੱਜ ਵੀ ਕੇਜਰੀਵਾਲ ਸਾਹਿਬ ਸਾਡੇ ਨਾਲ ਖੜੇ ਆ ਸਾਡੇ ਨਾਲ ਉਹਨਾਂ ਦੀ ਸੋਚ ਸਾਡੇ ਨਾਲ ਖੜੀ ਹੈ ਸੋ ਅੱਜ ਪੰਜਾਬ ਦਾ ਹਰ ਨਾਗਰਿਕ ਜਿਹੜਾ ਉਹ ਕੇਜਰੀਵਾਲ ਬਣ ਕੇ ਰਾਮਲੀਲਾ ਮੈਦਾਨ ਦੇ ਵਿੱਚ ਉਤਰਨਗੇ। ਪਰ ਤੁਹਾਡੇ ਦੋ ਸੂਰਮੇ ਜਿਹੜੀ ਗੱਲ ਕੀਤੀ ਜਾਵੇ 92 ਚੋਂ ਇੱਕ ਸੂਰਮੇ ਸ਼ੀਤਲ ਲੰਗਰਾਲ ਤੇ ਦੂਸਰੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਛੱਡ ਕੇ ਚਲੇ ਗਏ ਨੇ, ਕਾਰਨ ਕੀ ਰਿਹਾ? ਵੇਖੋ ਜੀ ਤੁਸੀਂ ਸੂਰਮੇ ਕਹਿੰਦਾ ਮੈਂ ਸੂਰਮੇ ਨਹੀਂ ਕਹੂੰਗਾ ਮੈਂ ਤਾਂ ਗਦਾਰ ਕਹੂੰਗਾ। ਸਾਡੀ ਪਾਰਟੀ ਦੇ ਉਹ ਬੜੇ ਤਗੜੇ ਗਦਾਰ ਨਿਕਲੇ ਕਿਉਂਕਿ ਸਾਡੀ ਸਾਰੀ ਦੀ ਸਾਰੀ ਲੀਡਰਸ਼ਿਪ ਨੇ ਸੁਸ਼ੀਰ ਰਿੰਕੀ ਜੀ ਨੂੰ ਪਹਿਲਾਂ ਤਾਂ ਟਿਕਟ ਦਿੱਤੀ, ਦੂਜੀ ਅਸੀਂ ਸਾਰੀ ਦੀ ਸਾਰੀ ਪੰਜਾਬ ਦੇ ਜਿੰਨੇ ਵੀ ਵਿਧਾਇਕ ਆ ਉਹਨਾਂ ਦੀ ਡਿਊਟੀ ਲੱਗੀ ਵੱਖੋ ਵੱਖਰੇ ਵਾਰਡਾਂ ਦੇ ਵਿੱਚ ਕਿ ਆਪਾਂ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਕੇ ਆਮ ਆਦਮੀ ਪਾਰਟੀ ਦਾ ਸੰਸਦ ਮੈਂਬਰ ਬਣਾ ਸੋ ਬਣਾ ਦਿੱਤਾ। ਜਲੰਧਰ ਦੇ ਲੋਕਾਂ ਨੇ ਸੁਸ਼ੀਰ ਰਿੰਕੂ ਜੀ ਨੂੰ ਅਤੇ ਸ਼ੀਤਲ ਲੰਗਰਾਲ ਜੀ ਨੂੰ ਬਹੁਤ ਪਿਆਰ ਦਿੱਤਾ, ਬਹੁਤ ਸਤਿਕਾਰ ਦਿੱਤਾ। ਸੋ ਇਹ ਸ਼ਾਇਦ ਹੋ ਸਕਦਾ ਹੈ ਕਿ ਇਹ ਪਿਆਰ ਹੁੰਦੇ ਉਹਨਾਂ ਦੀ ਕਿਸਮਤ ਵਿੱਚ ਨਾ ਹੋਏ, ਇਸ ਪਿਆਰ ਦੇ ਲਾਇਕ ਹੀ ਨਾ ਹੋਣ ਜਿਸ ਕਰਕੇ ਉਹਨਾਂ ਨੂੰ ਜਿਹੜਾ ਉਹ ਇਹ ਕੰਮ ਕਰਨਾ ਪਿਆ। ਸੋ ਅਸੀਂ ਤੁਸੀਂ ਉਹਨਾਂ ਨੂੰ ਹੀਰੇ ਨਾ ਕਹੋ, ਅਸੀਂ ਉਹਨਾਂ ਨੂੰ ਗਦਾਰ ਕਵਾਂਗੇ। ਸੋ ਗਦਾਰ ਦੀ ਪਦਵੀ ਦੇ ਨਾਲ ਨਵਾਜਦੇ ਆ। ਪਰ ਇੱਕ ਸਾਲ 'ਚ ਤਿੰਨ ਪਾਰਟੀਆਂ ਬਦਲ ਲਿੱਤੀਆਂ, ਸੁਸ਼ੀਲ ਕੁਮਾਰ ਰਿੰਕੂ ਕਾਂਗਰਸ 'ਚ ਸਨ, ਫਿਰ ਆਮ ਆਦਮੀ ਪਾਰਟੀ ਜਾਂਦੇ ਆ, ਇੱਕੋ ਸਾਲ ਦੇ ਵਿੱਚ ਤੀਸਰੀ ਪਾਰਟੀ ਬੀਜੇਪੀ ਆ ਗਈ। ਵੇਖੋ ਜੀ ਉਹ ਜਿਹਨਾਂ ਦਾ ਧਰਮ ਹੀ ਇਹੋ ਹੀ ਹੋਵੇ ਕਿ ਅੱਜ ਕਿਤੇ ਗੱਲ ਕਹੋ ਤਾਂ ਤੁਸੀਂ ਪਿੱਛੇ ਜੇ ਗਾਉਣਾ ਨਹੀਂ ਸੁਣਿਆ ਕਦੀ ਕੇਸ ਫੁੱਲ ਤੇ ਕਦੀ ਕੇਸ ਫੁੱਲ ਤੇ ਯਾਰ ਮੇਰਾ ਤਿੱਤਲੀਆਂ ਵਰਗਾ ਹੈ ਤੇ ਗੱਲ ਉਹ ਹੋ ਗਈ ਉਹਨਾਂ ਦੀ। ਸੋ ਇਹਨਾਂ ਦੀ ਆਪਣੀ ਕੋਈ ਵੀ ਆਧਾਰ ਨਹੀਂ ਕਿਉਂਕਿ ਜੇ ਲੋਕਾਂ ਦੇ ਹੱਥ ਵੋਟ ਦੀ ਪਾਵਰ ਆ ਤਾਂ ਲੋਕਾਂ ਨੇ ਜਿਤਾਇਆ, ਜੇ ਇਹਨਾਂ ਨੂੰ ਇਹ ਜਿੱਤ ਮਨਜ਼ੂਰ ਨਹੀਂ ਸੀ ਫਿਰ ਇਹਨਾਂ ਚਲੋ ਜੋ ਵੀ ਅੱਜ ਕੀਤਾ ਬਹੁਤ ਮਾੜਾ ਕੀਤਾ, ਬਹੁਤ ਘਿਨੌਣੀ ਹਰਕਤ ਕੀਤੀ ਹੈ, ਪਾਰਟੀ ਨੂੰ ਪਿੱਠਾ ਪਿੱਠ ਦੇ ਕੇ ਇਹ ਵਾਪਸ ਉਸੇ ਪਾਰਟੀ 'ਚ ਗਏ ਆ। ਸਰ ਬੀਜੇਪੀ ਦੇ ਫੁੱਲ 'ਚ ਕਿਹੜੀ ਐਸੀ ਤਾਕਤ ਆ ਕਿ ਜਿਹੜੀ ਘੋੜੀ ਤਿੱਤਲੀ ਬਹਿ ਜਾਂਦੀ ਉੱਥੇ ਹੀ ਬਹਿ ਰਹਿ ਜਾਂਦੀ ਹੈ ਫਿਰ? ਵੇਖੋ ਜੀ ਫੁੱਲ 'ਚ ਤਾਕਤ ਕੋਈ ਐਸਾ ਫੁੱਲ ਤਾਂ ਇਸ ਵੇਲੇ ਮੁਰਝਾ ਗਿਆ ਨਹੀਂ, ਫੁੱਲ ਟੇਢਾ ਹੋ ਗਿਆ ਇਸ ਵੇਲੇ ਮੁਰਝਾ ਗਿਆ, ਹੋਰ ਥੋੜ੍ਹੇ ਦਿਨਾਂ ਤੱਕ ਦੁਨੀਆ ਨੇ ਪੱਟ ਕੇ ਸੁੱਟ ਦੇਣਾ। ਸੋ ਇਹੋ ਜਿਹੇ ਫੁੱਲ ਦੇ ਵਿੱਚ ਉਹਦੀ ਕੋਈ ਤਾਕਤ ਨਹੀਂ। ਸੋ ਇਹ ਡੁੱਬਦੇ ਬੇੜੇ ਦੇ ਸਵਾਰ ਜਿਹੜੇ ਹੋ ਰਹੇ ਆ, ਇਹ ਡੁੱਬਦੀ ਬੇੜੀ ਦੇ ਸਵਾਰਾਂ ਨੂੰ ਕਦੇ ਵੀ ਕੋਈ ਨਹੀਂ ਬਚਾ ਸਕਦਾ। ਨਹੀਂ ਪਰ ਕਾਰਨ ਕੀ ਬੀਜੇਪੀ ਵੱਲ ਅਟਰੈਕਸ਼ਨ ਕਿਉਂ ਆ ਲੀਡਰਾਂ ਦਾ? ਬੀਜੇਪੀ ਦੇ ਕੋਲ ਸੈਂਟਰ ਦੀਆਂ ਭਾਵਨਾ ਤੁਸੀਂ ਦੇਖ ਲਓ, ਸਾਡੇ ਜਿੰਨੇ ਵੀ ਦਿੱਲੀ ਦੇ ਮੰਤਰੀ ਸਾਹਿਬਾਨ ਆ ਉਹਨਾਂ ਨੂੰ ਈਡੀ ਦੇ ਡਰ ਤੋਂ ਇਲਾਵਾ ਸੀਬੀਆਈ ਦਾ ਈਡੀ ਹੋਰ ਵੀ ਜਿਹੜੀ ਸੈਂਟਰ ਦੀ ਏਜੰਸੀਆਂ ਉਹਨਾਂ ਦੇ ਡਰ ਦੇ ਕੇ ਉਹਨਾਂ ਦੇ ਉੱਤੇ ਝੂਠੇ ਪਰਚੇ ਕਰਕੇ ਝੂਠੇ ਮੁਕੱਦਮੇ ਪਾ ਕੇ ਜਿਹੜਾ ਉਹ ਜੇਲ੍ਹ ਦੇ ਵਿੱਚ ਡੱਕਿਆ ਗਿਆ, ਜਿਨ੍ਹਾਂ ਦੇ ਵਿੱਚ ਸਾਡੇ ਦਿੱਲੀ ਦੇ ਮੰਤਰੀ ਸਾਡੇ ਮੁਨੀਸ਼ ਸਿਸੋਦੀਆ ਜੀ, ਸਤਿੰਦਰ ਜੈਨ ਜੀ, ਰਾਜ ਸਭਾ ਮੈਂਬਰ ਸਾਡੇ ਸੰਜੇ ਸਿੰਘ ਜੀ ਜਾਂ ਹੋਰ ਵੀ ਇਹੋ ਜਿਹੜੇ ਮਹਾਨਾਇਕ ਸੀ ਸਾਡੀ ਆਮ ਆਦਮੀ ਪਾਰਟੀ ਦੇ, ਉਹ ਸਾਰੇ ਦੇ ਸਾਰੇ ਇਸੇ ਡਰੋਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਗਿਆ ਕਿ 2024 ਦੇ ਵਿੱਚ ਇਹੀ ਲੋਕ ਤਖਤਾ ਪਲਟਣਗੇ। ਤਾਂ ਹੁਣ ਤਿਆਰੀ ਹੈ ਜੀ 31 ਦੀ ਪੂਰੀ ਇਸ ਵੇਲੇ? ਬਿਲਕੁਲ ਜੀ, ਸਾਡੇ ਵੱਲੋਂ 31 ਤਰੀਕ 31 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਪੂਰੀ ਪੁਰਜ਼ੋਰ ਜਿਹੜੀ ਆ ਉਹ ਇੰਡੀਆ ਅਲਾਇੰਸ ਵੱਲੋਂ ਇੱਕ ਰੈਲੀ ਕੀਤੀ ਜਾ ਰਹੀ ਹੈ। ਸੋ ਪੰਜਾਬ ਦਾ ਹਰ ਬਛਿੰਦਾ ਜਿਹੜਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਪਿਆਰ ਕਰਦਾ, ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪਿਆਰ ਕਰਦਾ, ਉਹ ਉੱਥੇ ਜ਼ਰੂਰ ਪਹੁੰਚੇ। ਰੌਣਕ ਉਹ ਹੋਏਗੀ ਜਿਹੜੀ ਅੰਨਾ ਹਜ਼ਾਰੇ ਵੇਲੇ ਹੁੰਦੀ ਸੀ? ਉਸ ਤੋਂ ਵੱਧ ਰੌਣਕ ਹੋਏਗੀ ਜੀ। ਤੁਸੀਂ ਦੇਖਿਓ ਕਿ ਦਿੱਲੀ ਦਾ ਜਿਹੜਾ ਰਾਜਪਾਗ ਹੋਏ ਕਰਾ ਮੋਦੀ ਸਰਕਾਰ ਦਾ ਰਾਜਪਾਗ ਹਿਲਾ ਕੇ ਰੱਖ ਦਿਆਂਗੇ। ਸੋ ਅਸੀਂ ਪੂਰੀ ਤਿਆਰੀ ਦੇ ਵਿੱਚ ਜਾਵਾਂਗੇ, ਚਾਹੇ ਸਾਨੂੰ ਉੱਥੇ ਗ੍ਰਿਫਤਾਰੀਆਂ ਦੇਣੀਆਂ ਪੈਣ, ਚਾਹੇ ਸਾਨੂੰ ਜੋ ਵੀ ਕਰਨਾ ਕਰ ਲੈਣ, ਪਰ ਅਸੀਂ ਕਦੇ ਵੀ ਮੈਦਾਨ ਛੱਡ ਕੇ ਭੱਜਣ ਵਾਲੇ ਨਹੀਂ। ਤਾਂ ਹੁਣ ਆਰ ਪਾਰ ਦੀ ਲੜਾਈ ਹੈ? ਬਿਲਕੁਲ ਜੀ, ਸਾਡੀ ਆਰ ਪਾਰ ਦੀ ਲੜਾਈ ਹੈ। ਤਾਂ ਮੈਂ ਦੱਸਣਾ ਚਾਹੁੰਦਾ ਮੋਦੀ ਸਾਹਿਬ ਵੀ, ਮੋਦੀ ਸਾਹਿਬ ਤਿਆਰ ਹੋ ਜਾਓ, ਜਨਤਾ ਆਮ ਆਦਮੀ ਪਾਰਟੀ ਦੇ ਨਾਲ ਹੈ, ਤੁਹਾਨੂੰ ਪੰਜਾਬ ਦੇ ਵਿੱਚੋਂ ਇੱਕ ਵੀ ਸੀਟ ਜਿਹੜੀ ਉਹ ਨਹੀਂ ਮਿਲੂਗੀ। ਸੋ ਜਾਖੜ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਕਿ ਜਾਖੜ ਸਾਹਿਬ ਬਿਆਨ ਥੋੜ੍ਹਾ ਉਸਨ ਕੇ ਦਿਆ ਕਰੋ, ਐਵੇਂ ਕਿਸੇ ਤੇ ਝੂਠੀ ਬਿਆਨਬਾਜ਼ੀ ਨਾ ਕਰਿਆ ਕਰੋ। ਮੈਂ ਤੁਹਾਨੂੰ ਵੀ ਜਾਣਦਾ ਕਿਉਂਕਿ ਤੁਹਾਨੂੰ ਇੱਕ ਨਾਕਾ ਪੁੱਟਣ ਵਾਲਾ ਸਰਦਾਰ ਜਿਹੜਾ ਤੁਸੀਂ ਲੈ ਕੇ ਆਏ ਸੀ ਸੰਨੀ ਦਿਓਲ, ਉਹਨੇ ਨਾਕਾ ਤਾਂ ਪੁੱਟ ਕੇ ਲੈ ਗਿਆ, ਨਾਲ ਤੁਹਾਨੂੰ 80,000 ਤੇ ਹਰਾ ਵੀ ਗਿਆ। ਉਦੋਂ ਬਾਅਦ ਨਾ ਤੁਸੀਂ ਦਿਸੇ ਨਾ ਸੰਨੀ ਦਿਓਲ ਦਿਖਿਆ। ਸੋ ਮੈਂ ਦੱਸਣਾ ਚਾਹੁੰਦਾ ਕਿ ਤੁਸੀਂ ਜੇ ਬਹੁਤੀ ਤੁਹਾਡੇ ਦੇ ਵਿੱਚ ਕੋਈ ਇਹੋ ਜਿਹਾ ਠਾਠਾ ਵਾ, ਤੁਸੀਂ ਪਾਰਟੀ ਦੇ ਪ੍ਰਧਾਨ ਹੋ ਇਸ ਵੇਲੇ ਤੁਸੀਂ ਇਲੈਕਸ਼ਨ ਲੜਦੀ ਆ, ਤਾਂ ਫਿਰ ਲੋਕ ਸਭਾ ਦੀ ਉੱਥੋਂ ਇਲੈਕਸ਼ਨ ਗੁਰਦਾਸਪੁਰ ਤੋਂ ਲੜ ਕੇ ਦੇਖੋ ਤੇ ਪੰਜਾਬ ਦੇ ਲੋਕ ਤੁਹਾਨੂੰ ਦੱਸ ਦੇਣਗੇ ਕਿ ਤੁਸੀਂ ਕਿੱਦਾਂ ਜਿਹੜੀ ਆ ਇਹੋ ਜਿਹਾ ਬਿਆਨਬਾਜ਼ੀ ਕਰ ਰਹੇ ਹੋ। ਸੋ ਜਾਖੜ ਸਾਹਿਬ ਸਮਝੋ। ਬਿਲਕੁਲ, ਤਾਂ ਇਹ ਸਨ MLA ਜਸਵੀਰ ਸਿੰਘ ਸੰਧੂ ਜੀ, ਜਿਹਨਾਂ ਨਾਲ ਗੱਲਬਾਤ ਕੀਤੀ ਹੈ। ਤਾਂ ਕੁੱਲ ਮਿਲਾ ਕੇ ਹੌਸਲੇ ਬੁਲੰਦ ਦੀ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਰਾਮਲੀਲਾ ਮੈਦਾਨ ਉਹ ਜਗ੍ਹਾ ਜਿੱਥੋਂ ਉਹਨਾਂ ਦੀ ਪਾਰਟੀ ਦਾ ਇੱਕ ਤਰ੍ਹਾਂ ਦਾ ਪਹਿਲਾ ਜਰਾ ਹੈ ਉੱਥੋਂ ਸ਼ੁਰੂਆਤ ਹੋਈ ਸੀ, ਤਾਂ ਉਸੇ ਜਗ੍ਹਾ 'ਤੇ ਇੱਕ ਵਾਰ ਫਿਰ ਰੈਲੀ ਹੋਣ ਜਾ ਰਹੀ ਹੈ। ਨਾਲ ਹੀ ਨਾਲ ਪੰਜਾਬ ਦੀ ਭਾਜਪਾ ਲੀਡਰਸ਼ਿਪ ਨੂੰ ਵੀ ਸੁਣਿਆ ਹੈ ਕਿ ਜੋ ਬਿਆਨਬਾਜ਼ੀਆਂ ਉਹ ਕਰਦੇ ਨੇ ਸਭ ਤੋਂ ਪਹਿਲੇ ਉਹਦੇ 'ਤੇ ਝਾਤ ਮਾਰਨ ਕਿ ਕਿਸ ਤਰੀਕੇ ਦਾ ਵਿਹਾਰ ਉਹਨਾਂ ਵੱਲੋਂ ਕੀਤਾ ਗਿਆ ਹੈ। ਤਾਂ ਦੂਜੇ ਬੰਨੇ ਜਿਹੜੇ ਦੋ
ਪਰਿਭਾਸ਼ਾ ਨਾਲ ਐਲਾਨਿਆ ਗਿਆ ਹੈ। ਨਾਲ ਹੀ ਨਾਲ 31 ਮਾਰਚ ਦੀ ਰੈਲੀ ਨੂੰ ਲੈ ਕੇ ਆਮ ਆਦਮੀ ਪਾਰਟੀ ਇਸ ਵੇਲੇ ਜੋਸ਼ 'ਚ ਨਜ਼ਰ ਆ ਰਹੀ ਹੈ। ਪੂਰੇ ਦੇਸ਼ ਦੇ ਲੀਡਰਸ਼ਿਪ ਆਏਗੀ, ਲੇਕਿਨ ਵਿਸ਼ੇਸ਼ ਤੌਰ ਦੇ ਉੱਤੇ ਸੱਦਾ ਜਿਹੜਾ ਹੈ ਆਮ ਆਦਮੀ ਪਾਰਟੀ ਵੱਲੋਂ ਹੈ ਅਤੇ ਪੰਜਾਬ ਦੀ ਲੀਡਰਸ਼ਿਪ ਇਸ ਵੇਲੇ ਉੱਥੇ ਕੁਛ ਹੀ ਦੇਰ ਬਾਅਦ ਪਹੁੰਚੇਗੀ। ਇੱਕ ਵੱਡੀ ਮਹਾਰੈਲੀ 31 ਮਾਰਚ ਨੂੰ ਯਾਨੀ ਕਿ ਤੁਹਾਨੂੰ ਨਜ਼ਰ ਆਏਗੀ। ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ ਟੀਵੀ, ਅੰਮ੍ਰਿਤਸਰ।